हलका सनौर दे लोकां दी लंबे समय तो चली आ रही मंग आखिर पूरी हो गई है। जदों हलका सनौर दे इंचार्ज हरिंदरपाल सिंह हैरीमान दे जतना सदका हलका सनौर दे विच चल रहे करोड़ां दे विकास कार्यां दे नाल ही पटियाला दे दक्षिणी बाईपास तों सनौर तक डबल सड़क बनाई जाएगी, जिस विच सनौर हलके दे 60 दे करीब पिंडां दे लोकां नूं फायदा होएगा। अते हुण उह चंडीगढ़ अते बठिंडा वल जाण दे लई देवीगढ़ वल लंबा रस्ता तय करन दी बजाए सीधा सनौर तों ही इस डबल सड़क राही ही नैशनल हाईवे ते पुज जाणगे। श्री हैरीमान ने कहा है कि आने वाले वाकई समय दे विच सनौर सीवरेज अते दूजे करोड़ां दी लागत नाल चल रहे काम पूरे हो जाणगे, जिस नाल पूरे हलके दी नुहार बदल जाएगी। इस मौके मार्केट कमेटी दे चेयरमैन रतिंदरपाल सिंह मान, जोगिंदर काकड़ा, प्रवजिंदर सिंह समेत भारी गिनती च पंच सरपंच हाजिर सन। देखो, हमेशा ही जदों क्लीन गवर्नमेंट होवे, अप्रोचेबल होवे, लोकां दी पहुंच च होवे, उहदा फायदा जरूर मिलदा है। अगर इत्थे भी सनौर च मैं जिवें काम करदा सी, अगर मेरे नाल किसी नूं कुछ कहे सी, महाराणी साहब हरेक दी गल सुणदे सी, हरेक आदमी महाराणी साहब नूं दस सकदा सी। इसी तरह हुण सारे CM कोल भी जा सकणगे, मंत्रियां कोल भी जा सकणगे, सानू भी जदों लोड़ पएगी असीं भी उहनां नूं अप्रोच करांगे अपने हलके दे अच्छे कम्मां वास्ते। ਕੀ ਲੱਗਦਾ ਅਗਰ ਤੁਹਾਨੂੰ ਟਿਕਟ ਮਿਲਦੀ ਹੈ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਦੀ, ਜ਼ਿਆਦਾ ਤੁਹਾਨੂੰ ਚੁਣੌਤੀ ਜਿਹੜੇ ਦੇਣਗੇ ਦੋਨਾਂ ਚੋਂ? ਮੇਰਾ ਖਿਆਲ ਜੋ ਚੇਂਜ ਆਫ ਗਵਰਨਮੈਂਟ ਹੋਈ ਹੈ, ਜੋ ਹਾਲਾਤ ਅਸੀਂ ਪਿੰਡਾਂ 'ਚ ਦੇਖ ਰਹੇ ਹਾਂ, ਅਕਾਲੀ ਦਲ ਕਿਤੇ ਵੀ ਸਟੈਂਡ ਨਹੀਂ ਕਰ ਰਿਹਾ, ਆਮ ਆਦਮੀ ਪਾਰਟੀ ਕੋਲ ਕੋਈ ਚਿਹਰਾ ਹੀ ਨਹੀਂ ਹੈ। ਹੁਣ ਸਾਡਾ ਚਿਹਰਾ ਜੋ ਸਾਡੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੈਗੇ ਨੇ, ਆਮ ਲੋਕ ਉਹਨਾਂ ਨੂੰ ਬਹੁਤ ਪਸੰਦ ਕਰ ਰਹੇ, ਉਹਨਾਂ ਦਾ ਜਿਹੜਾ ਬਿਲਕੁਲ ਇੱਕ ਸਧਾਰਨ ਬੈਕਗ੍ਰਾਉਂਡ ਤੋਂ ਉੱਠ ਕੇ ਅੱਡੀ ਵੱਡੀ ਜਗ੍ਹਾ 'ਤੇ ਪਹੁੰਚਣਾ, ਉਹਦੇ ਵਿੱਚ ਬੜਾ ਕੁਛ ਲਿਖਿਆ ਹੋਇਆ ਔਰ ਬੜਾ ਕੁਛ ਪੜ੍ਹਨ ਨੂੰ ਵੀ ਹੈ। ਕਿਸ ਤਰ੍ਹਾਂ ਉਹਨਾਂ ਨੇ MLA ਬਣਨ ਤੋਂ ਬਾਅਦ ਵੀ MA ਕੀਤੀ, LLB ਕੀਤੀ ਔਰ ਹੁਣ PhD ਕਰ ਰਹੇ ਨੇ। ਇਸ ਤੋਂ ਲੋਕਾਂ ਨੂੰ ਸਿੱਖਣਾ ਚਾਹੀਦਾ, ਉਹਨਾਂ ਦੀ ਇੱਕ ਜੀਵਨੀ ਹੈ। ਉਹਨਾਂ ਦੇ ਬ੍ਰਦਰ ਵੀ ਜਿਹੜੇ ਰਿਟਾਇਰ ਹੋਏ ਨੇ, ਚੀਫ ਇੰਜੀਨੀਅਰ, ਉਹ ਇੱਕ ਓਵਰਸੀਅਰ ਭਰਤੀ ਹੋਏ ਸੀ, ਉਸ ਤੋਂ ਬਾਅਦ ਉਹਨਾਂ ਨੇ ਗ੍ਰੈਜੂਏਸ਼ਨ ਕਰਕੇ ਇੰਜੀਨੀਅਰਿੰਗ ਕੀਤੀ, ਫਿਰ ਉਹ ਚੀਫ ਇੰਜੀਨੀਅਰ ਤੱਕ ਪਹੁੰਚੇ। ਇਹ ਚੀਜ਼ਾਂ ਤੋਂ ਉਸ ਪਰਿਵਾਰ ਤੋਂ ਕਈ ਚੀਜ਼ਾਂ ਸਿੱਖਣ ਨੂੰ ਮਿਲਦੀਆਂ। ਵਰਕਰ ਤਾਂ ਜੀ ਉਸ ਦਿਨ ਦੇ ਗਿੱਧਾ ਪਾਉਂਦੇ ਫਿਰਦੇ ਨੇ, ਸਾਰੇ ਢੋਲ ਵਜਾ ਰਹੇ ਨੇ। ਸਾਡੇ ਛੋਟੇ ਸਮਾਜ, ਗਰੀਬ ਸਮਾਜ 'ਚ ਬਹੁਤ ਜ਼ਿਆਦਾ ਕਾਂਗਰਸ ਪਾਰਟੀ ਦੀ ਚੜ੍ਹਤ ਹੋਈ। ਉਸ ਦਿਨ ਬਹੁਤ ਵੱਡਾ ਇਹ ਤੋਹਫ਼ਾ ਸਨੌਰ ਹਲਕੇ ਨੂੰ, ਸਨੌਰ ਨਿਵਾਸੀਆਂ ਨੂੰ ਮਿਲਿਆ। ਇੱਕ ਪਿਛਲੇ ਕਾਫੀ ਸਮੇਂ ਤੋਂ ਜਦੋਂ ਬਾਈਪਾਸ NH 64 ਬਣ ਰਿਹਾ ਸੀ, ਇਸ ਹਲਕੇ ਦੀ ਮੰਗ ਸੀ ਕਿ ਇੱਥੋਂ ਸਾਡਾ ਇੱਕ ਰਾਹ ਲਾਇਆ ਜਾਵੇ ਜਿਹੜਾ ਸਨੌਰ ਰੋਡ ਤੋਂ ਸਾਨੂੰ ਉੱਤੇ ਜਾਣ ਨੂੰ, ਸਨੌਰ ਵਾਸੀਆਂ ਨੂੰ, ਅਤੇ ਥੱਲੇ ਆਉਣ ਨੂੰ ਰਾਹ ਮਿਲ ਜੇ। ਲੇਕਿਨ ਉਦੋਂ BJP ਅਕਾਲੀ ਦਲ ਗੌਰਮੈਂਟ ਸੀ ਔਰ ਸੈਂਟਰ ਦੇ ਵਿੱਚ ਮੋਦੀ ਸਰਕਾਰ ਸੀ, ਅਕਾਲੀ ਦਲ ਨੇ ਇਹ ਮੰਗ ਸਾਡੇ ਹਲਕੇ ਦੀ ਮੰਨੀ ਨਹੀਂ ਸੀ। ਮਹਾਰਾਣੀ ਪ੍ਰਨੀਤ ਕੌਰ ਜੀ ਨੇ 19 ਜਦੋਂ ਚੋਣ ਲੜੀ ਹੈ, ਉਹਨਾਂ ਨੇ ਇੱਕੋ ਗੱਲ ਕਹੀ ਸੀ ਕਿ ਜੇ ਮੈਂ ਇਲੈਕਸ਼ਨ ਇੱਥੋਂ ਜਿੱਤ ਕੇ ਗਈ ਤਾਂ ਮੈਂ ਤੁਹਾਨੂੰ ਸਨੌਰ ਵਾਲਿਆਂ ਨੂੰ ਇੱਥੋਂ ਰਸਤਾ ਬਣਵਾ ਕੇ ਦੇਵਾਂਗੀ ਹਾਈਵੇ ਤੋਂ। ਔਰ ਉਹ ਮੰਗ ਕਰਕੇ ਸਨੌਰ ਹਲਕੇ ਨੇ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਸਾਰੇ ਪੰਜਾਬ ਨਾਲੋਂ ਵੱਧ ਵੋਟਾਂ ਪਾ ਕੇ ਜਿਤਾਇਆ ਸੀ ਔਰ ਉਹਦਾ ਉਹਨਾਂ ਨੇ ਅੱਜ ਸਾਨੂੰ ਇਹ ਸਨੌਰ ਵਾਸੀਆਂ ਨੂੰ ਇੱਕ ਤੋਹਫ਼ਾ ਦਿੱਤਾ ਕਿ ਸਾਡਾ ਇਹ ਟੈਂਡਰ ਮਨਜ਼ੂਰ ਹੋ ਗਿਆ। ਟੈਂਡਰ ਫਲੋਟ ਹੋਇਆ, ਫਿਰ ਟੈਂਡਰ ਮਨਜ਼ੂਰ ਹੋ ਗਿਆ। ਇਹ ਰੋਇਲ ਦੀਪ ਕੰਪਨੀ ਨੂੰ 9 ਕਰੋੜ 33 ਲੱਖ ਦਾ ਟੈਂਡਰ ਹੈ ਵਿਦਆਊਟ GST, GST ਨਾਲੇ ਅੱਗੇ ਹੋਰ ਵੱਧ ਜਾਏਗਾ ਔਰ ਇਹਨਾਂ ਨੇ ਜਲਦੀ 6 ਮਹੀਨਿਆਂ 'ਚ ਇਹ ਪ੍ਰੋਜੈਕਟ ਕੰਪਲੀਟ ਕਰਕੇ ਦੇਣਾ। ਔਰ ਮੈਂ ਮਹਾਰਾਣੀ ਪ੍ਰਨੀਤ ਕੌਰ ਜੀ ਦਾ, ਆਪਣਾ ਨੈਸ਼ਨਲ ਹਾਈਵੇ ਵਾਲਿਆਂ ਦਾ ਅਤੇ ਪੰਜਾਬ ਗਵਰਨਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦਾ। ਕੀ ਤੁਹਾਡਾ ਵੀ ਹੈ ਵਿਦੇਸ਼ ਵਿੱਚ ਘੁੰਮਣ ਅਤੇ ਪੜ੍ਹਨ ਦਾ ਸੁਪਨਾ, ਜਾਂ ਫਿਰ ਹੈ ਵਿਦੇਸ਼ ਵਿੱਚ ਵਸਣ ਦਾ ਇਰਾਦਾ, ਜਾਂ ਰਿਫਿਊਜ਼ਲ ਦਾ ਕਰ ਰਹੇ ਹੋ ਸਾਹਮਣਾ? ਨਿਰਾਸ਼ ਨਾ ਹੋਵੋ, ਅੱਜ ਹੀ ਮਿਲੋ ਸੇਵੀਅਰ ਐਜੂਕੇਸ਼ਨ ਐਬਰੋਡ ਪਟਿਆਲਾ। ਫੋਨ ਨੰਬਰ 9814695511, 7880887 65। ਅੱਜ ਹੀ ਵਿਜਿਟ ਕਰੋ ਪਟਿਆਲਾ ਵਿਖੇ ਸੇਵੀਅਰ ਐਜੂਕੇਸ਼ਨ ਐਬਰੋਡ, ਅਸੀਂ ਕਰਾਂਗੇ ਹੱਲ ਤੁਹਾਡੀ ਹਰ ਮੁਸ਼ਕਿਲ ਦਾ।